ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ ਸਾਰੇ ਜਣੇ? ਠੀਕ ਠਾਕ ਵਧੀਆ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਜਣੇ ਠੀਕ ਠਾਕ ਹੋਵੋਗੇ। ਤੇ ਮੈਂ ਲੱਗੀ ਸੀ ਚਾਹ ਦੇ ਮਸਾਲਾ ਬਣਾਉਣ, ਤੇ ਮੈਂ ਸੋਚਿਆ ਵੀ ਕਿਉਂ ਨਾ ਤੁਹਾਡੇ ਨਾਲ ਵੀ ਜਿਹੜੀ ਛੋਟੀ ਛੋਟੀਆਂ ਜਿਹੜੀਆਂ ਗੱਲਾਂ ਆ ਘਰ ਵਿੱਚ ਨੋਰਮਲ ਅਸੀਂ ਕਰਦੇ ਹਾਂ, ਤੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ। ਤੇ ਚਾਹ ਦੇ ਮਸਾਲੇ ਜਿਹੜੇ ਮੈਂ ਸਾਰੇ ਲਿਆਂਦੇ ਸੀ ਦੁਕਾਨ ਤੋਂ, ਤੇ ਹੁਣ ਦਿਖਾ ਦਿੰਦੇ ਤੁਹਾਨੂੰ। ਇਹ ਸਾਰੇ ਮੈਂ ਚਾਹ ਦੇ ਮਸਾਲੇ ਆ, ਅਜਵਾਇਣ, ਹਰੀ ਇਲਾਚੀ, ਆਹ ਮੋਟੀ ਇਲਾਚੀ, ਇਹ ਆ ਸੌਂਫ, ਅਤੇ ਇਹ ਜਿਹੜੇ ਉਹ ਆਪਾਂ ਪਾਈਦੇ ਆ ਫੁੱਲ ਜਿਹੇ ਨਹੀਂ ਹੁੰਦੇ ਵੀ, ਵੈਸੇ ਮੈਨੂੰ ਇਹਨਾਂ ਦਾ ਨਾਂ ਦਾ ਨਹੀਂ ਪਤਾ ਲੱਗਦਾ ਵੀ ਕੀ ਆ, ਇਹ ਉਹ ਆ ਚਾਹ ਦੇ ਵਿੱਚ ਨਾਲ ਮਸਾਲੇ 'ਚ ਐਡ ਕਰਾਂਗੇ, ਅਤੇ ਨਾਲ ਇਹ ਆ ਦਾਲਚੀਨੀ ਆ, ਅਤੇ ਆ ਜਾਓ ਆਪਾਂ ਬਣਾਈਏ ਪਹਿਲਾਂ ਸਾਰੇ ਪੈਕੇਜ। ਅਤੇ ਮੈਨੂੰ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਇਹਨੂੰ ਕੀ ਕਹਿੰਦੇ ਆ, ਮੈਨੂੰ ਨਹੀਂ ਪਤਾ। ਇਹ ਆ ਪੈਕਟ, ਅਤੇ ਇਹ ਜਿਹੜੇ ਆਪਾਂ ਕੱਢੇ ਇਹਨਾਂ ਦੇ ਵਿੱਚ ਸਟਾਰ ਜੀ, ਅਤੇ ਇਹਨਾਂ ਦਾ ਨਾਂ ਜ਼ਰੂਰ ਦੱਸਿਓ। ਅਤੇ ਸਾਰੇ ਮਸਾਲੇ ਜਿਹੜੇ ਮੈਂ ਇਹਦੇ 'ਚ ਡੱਬੇ 'ਚ ਮਿਕਸ ਕਰ ਲਏ ਆ, ਅਤੇ ਹੁਣ ਆਪਾਂ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਕਰਕੇ ਸਾਰੇ ਬਣਾ ਲੈਂਦੇ ਹਾਂ। ਸਾਰੇ ਜਿਹੜੇ ਕਮੈਂਟ ਕਰਦੇ ਸੀ ਵੀ ਅਸੀਂ ਇਹ ਜਿਹੜੀ ਮਸ਼ੀਨ ਆ ਇੰਡੀਆ ਤੋਂ ਲਿਆਂਦੀ ਸੀ ਅਤੇ ਸਾਡੀ ਜਿਹੜੀ ਆ ਖਰਾਬ ਹੋ ਗਈ ਆ, ਪਰ ਆਪਾਂ ਨੂੰ ਆਇਆਂ ਨੂੰ 2 ਸਾਲ ਹੋ ਗਏ ਆ, ਅਤੇ ਮੈਂ ਤਕਰੀਬਨ ਮਸਾਲੇ ਹੋ ਗਏ ਕੋਈ ਵੀ ਚੀਜ਼ ਜਿਹੜੀ ਮਿਕਸ ਕਰਦੀ ਹਾਂ ਨਾ ਇਹਦੇ ਨਾਲ ਹੀ ਕਰਦੀ ਹਾਂ। ਇਹ ਹੈਗੀ ਵੀ ਆ ਫਿਲਿਪਸ ਦੀ ਆ, ਅਤੇ ਬਿਲਕੁਲ ਇਹਨੇ ਕੋਈ ਖਰਾਬੀ ਨਹੀਂ ਹੋਈ, ਕੋਈ ਕੁਛ ਨਹੀਂ। ਇਹਦੇ ਨਾਲ ਜੂਸਰ ਵੀ ਆ ਅਤੇ ਮਿਕਸਰ ਵੀ ਆ ਨਾਲ, ਕਿਉਂਕਿ ਜਿੰਨਾ ਜ਼ਿਆਦਾ ਮਸਾਲਾ ਪਾਵਾਂਗੇ ਉਨਾ ਹੀ ਟਾਈਮ ਇਹਨੇ ਜ਼ਿਆਦਾ ਲਾਉਣਾ ਵਾ, ਤਾਂ ਥੋੜ੍ਹੇ ਮਸਾਲੇ ਮਿਲਾ ਛੇਤੀ ਇਹ ਹੋ ਜਾਂਦਾ ਆ। ਲਓ ਜੀ ਆਪਣਾ ਮਸਾਲਾ ਆਪਾਂ ਸਾਰਾ ਪੀ ਲਿਆ ਆ। ਮੈਂ ਕਿਹਾ ਕਿਤੇ ਸੌਂਫ ਜਿਵੇਂ ਇਕੱਠੀ ਜਿਹੀ ਨਾ ਹੋ ਜਾਏ, ਇੱਕੋ ਆਈ ਥੱਲੇ ਥੱਲੇ ਜਿਹੇ ਨਾ ਰਹਿ ਜੇ, ਅਤੇ ਹੁਣ ਆਪਾਂ ਮਿਕਸ ਕਰਕੇ ਆਪਣੇ ਡੱਬੇ 'ਚ ਪਾ ਲੈਂਦੇ ਹਾਂ। ਵੇਖਦੇ ਹਾਂ ਗਰਮੀਆਂ ਲੰਘਦੀਆਂ ਕਿ ਨਹੀਂ ਲੰਘਦੀਆਂ। ਚਲੋ ਜੀ ਠੀਕ ਆ, ਫਿਰ ਮਸਾਲਾ ਤਾਂ ਆਪਾਂ ਬਣਾ ਲਿਆ ਹੈਗਾ, ਤਾਂ ਨੋਰਮਲ ਜਿਹੇ ਕੰਮ ਆ ਜਿਹੜੇ ਆਪਾਂ ਆਪਣੇ ਘਰ ਵਿੱਚ ਕਰਦੇ ਹਾਂ, ਅਤੇ ਫਿਰ ਵੀ ਆਪਾਂ ਤੁਹਾਡੇ ਨਾਲ ਜਿਹੜਾ ਸ਼ੇਅਰ ਕੀਤਾ ਵਾ, ਅਤੇ ਫਿਰ ਠੀਕ ਆ ਜੀ ਅਗਲੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਮਿਲਦੇ ਹਾਂ। ਓਕੇ ਜੀ, ਬਾਏ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।